ਸ੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਕਾਂਗਰਸ ਹੋਰ ਮਜ਼ਬੂਤ ਹੋਈ ਹੈ। ਦੱਸ ਦਈਏ ਕਿ ਸਾਬਕਾ ਸੀਐਮ ਚੰਨੀ ਦੇ ਭਰਾ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਨੇ। ਡਾਕਟਰ ਮਨੋਹਰ ਨੇ ਕਾਂਗਰਸ ਪਾਰਟੀ ਨੂੰ ਜੁਆਇਨ ਕਰ ਲਿਆ। 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਗੁਰਪ੍ਰੀਤ ਜੀਪੀ ਦੇ ਖਿਲਾਫ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਚੁੱਕੇ ਨੇ। ਤਾਂ ਸ੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਕਾਂਗਰਸ ਨੂੰ ਮਜ਼ਬੂਤੀ ਮਿਲੀ ਹੈ। ਖਬਰ ਤੋਂ ਵਧੇਰੇ ਜਾਣਕਾਰੀ ਦੇ ਲਈ ਸਾਡੇ ਸਹਿਯੋਗੀ ਕਮਲਦੀਪ ਸਿੰਘ ਸਾਡੇ ਨਾਲ ਫੋਨ ਲਾਈਨ 'ਤੇ ਜੁੜ ਚੁੱਕੇ ਨੇ। ਤਾਂ ਜੀ ਕਮਲ, ਸੀਐਮ ਚੰਨੀ ਦੇ ਸਾਬਕਾ ਸੀਐਮ ਚੰਨੀ ਦੇ ਭਰਾ ਡਾਕਟਰ ਮਨੋਹਰ ਜਿਨ੍ਹਾਂ ਨੇ ਕਾਂਗਰਸ ਦੇ ਵਿੱਚ ਸ਼ਮੂਲੀਅਤ ਕੀਤੀ ਹੈ, ਕੀ ਕੁਝ ਜਾਣਕਾਰੀ ਹੈ? ਬਿਲਕੁਲ ਤੁਰਿੰਦਰ, ਦੇਖੋ ਖਾਸ ਤੌਰ ਤੇ ਲੋਕ ਸਭਾ ਹਲਕਾ ਫਤਿਹਗੜ੍ਹ ਤੋਂ ਕਾਂਗਰਸ ਨੂੰ ਇੱਕ ਵੱਡਾ ਬਲ ਮਿਲਿਆ। ਬੱਸੀ ਪਠਾਣਾ ਸੀਟ ਤੋਂ 2022 ਦੀਆਂ ਵਿਧਾਨ ਸਭਾ ਚੋਣਾਂ ਲੜ ਚੁੱਕੇ ਇਹ ਆਜ਼ਾਦ ਉਮੀਦਵਾਰ ਅਤੇ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਭਰਾ ਡਾਕਟਰ ਮਨੋਹਰ ਅੱਜ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਨੇ। ਖਾਸ ਤੌਰ ਤੇ ਕਿਸੇ ਦੇ ਆਜ਼ਾਦ ਉਮੀਦਵਾਰ ਦੇ ਵਿੱਚ ਉਹਨਾਂ ਵੱਲੋਂ ਉਹ ਜਿਹੜੀ ਚੋਣ ਲੜੀ ਗਈ ਸੀਗੀ, ਉਸ ਤੋਂ ਬਾਅਦ ਲਗਾਤਾਰ ਚਰਚਾ ਚੱਲ ਰਹੀ ਸੀ ਕਿ ਉਹ ਕਾਂਗਰਸ ਦੇ ਵਿੱਚ ਸ਼ਾਮਲ ਹੋ ਸਕਦੇ ਨੇ, ਕਿਉਂਕਿ ਬੱਸੀ ਪਠਾਣਾ ਸੀਟ ਤੋਂ ਗੁਰਪ੍ਰੀਤ ਸਿੰਘ ਜੀਪੀ ਜੋ ਕਾਂਗਰਸ ਦੇ ਕਹਿ ਸਕਦੇ ਆ ਹਲਕਾ ਇੰਚਾਰਜ ਵੀ ਸਨ, ਜ਼ਿਲ੍ਹਾ ਇੰਚਾਰਜ ਵੀ ਸਨ, ਤਾਂ ਉਹਨਾਂ ਨੇ ਵੱਲੋਂ ਪਾਰਟੀ ਛੱਡਣ ਤੋਂ ਬਾਅਦ ਲਗਾਤਾਰ ਚਰਚਾ ਚੱਲ ਰਹੀ ਸੀ ਕਿ ਇਹ ਡਾਕਟਰ ਮਨੋਹਰ ਕਾਂਗਰਸ ਦੇ ਵਿੱਚ ਸ਼ਾਮਲ ਹੋ ਸਕਦੇ ਨੇ। ਬੀਤੇ ਦਿਨ ਹੀ ਕਹਿ ਸਕਦੇ ਕਿ ਇਹ ਸਾਬਕਾ ਮੁੱਖ ਮੰਤਰੀ ਡਾਕਟਰ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਨਾਲ ਜਿਹੜੀ ਗੱਲਬਾਤ ਹੋਈ, ਉਸ ਗੱਲਬਾਤ ਤੋਂ ਬਾਅਦ ਡਾਕਟਰ ਮਨੋਹਰ ਹੋਰਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਗਿਆ, ਤਾਂ ਹੁਣ ਡਾਕਟਰ ਮਨੋਹਰ ਕਾਂਗਰਸ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ। ਤਾਂ ਬਿਲਕੁਲ ਕਮਲ, ਲੋਕ ਸਭਾ ਚੋਣਾਂ 2024 ਜਿਸ ਨੂੰ ਲੈ ਕੇ ਸਿਆਸੀ ਅਖਾੜਾ ਪੂਰੇ ਤਰੀਕੇ ਦੇ ਨਾਲ ਪੱਕਿਆ ਹੋਇਆ। 15 ਤੋਂ 16 ਦਿਨ ਬਾਕੀ ਹੈ, 1 ਜੂਨ ਨੂੰ ਪੰਜਾਬ ਦੇ ਵਿੱਚ ਚੋਣਾਂ ਨੇ, ਪਰ ਉਸ ਤੋਂ ਪਹਿਲਾਂ ਹਾਲੇ ਵੀ ਅਜਿਹੀਆਂ ਖਬਰਾਂ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਦਲ ਬਦਲੀਆਂ ਦਾ ਦੌਰ ਜਾਰੀ ਹੈ। ਬਿਲਕੁਲ, ਦੇਖੋ ਕੁਲਵਿੰਦਰ, ਦਲ ਬਦਲੀਆਂ ਦਾ ਦੌਰ ਲਗਾਤਾਰ ਜਾਰੀ ਹੈ। ਇਸ ਤੋਂ ਪਹਿਲਾਂ ਗੁਰਪ੍ਰੀਤ ਸਿੰਘ ਜੀਪੀ ਹੋਰਾਂ ਨੇ ਪਾਰਟੀ ਛੱਡੀ, ਉਸ ਤੋਂ ਪਹਿਲਾਂ ਕਹਿ ਸਕਦੇ ਹਾਂ ਮਹਿੰਦਰ ਕੇਪੀ ਹੋਰਾਂ ਨੇ ਪਾਰਟੀ ਛੱਡੀ, ਹੋਰ ਬਹੁਤ ਸਾਰੇ ਆਗੂ ਸਨ, ਸ਼ਸ਼ੀ ਰਿੰਕੂ ਹੋਰਾਂ ਦਾ ਗੱਲ ਕੀਤੀ ਜਾਵੇ, ਪਵਨ ਕੁਮਾਰ ਟੀਨੂ ਹੋਰਾਂ ਦੀ ਗੱਲ ਕੀਤੀ ਜਾਵੇ, ਜਾਂ ਕਿਸੇ ਦੇ ਤਲਵੀਰ ਗਿੱਲ ਹੋਰਾਂ ਦੀ ਗੱਲ ਕੀਤੀ ਜਾਵੇ, ਬਹੁਤ ਸਾਰੇ ਆਗੂ ਨੇ ਜਿਨ੍ਹਾਂ ਨੇ ਪਾਰਟੀਆਂ ਇਸ ਸਮੇਂ ਦੇ ਵਿੱਚ ਛੱਡੀਆਂ ਨੇ। ਅਸੀਂ ਇਸੇ ਸਮੇਂ ਦੇ ਵਿੱਚ ਕਹਿ ਸਕਦੇ ਕਿਉਂਕਿ ਡਾਕਟਰ ਮਨੋਹਰ ਹੋਰਾਂ ਦਾ ਦਲ ਬਦਲ ਦਾ ਨਹੀਂ ਕਹਿ ਸਕਦੇ, ਪਰ ਇਹ ਕਹਿ ਸਕਦੇ ਕਿ ਇੱਕ ਆਜ਼ਾਦ ਉਮੀਦਵਾਰ ਦੇ ਵਜੋਂ ਚੋਣ ਲੜਨਾ, ਉਸ ਤੋਂ ਬਾਅਦ ਹੁਣ ਪਾਰਟੀ ਦੇ ਨਾਲ ਜੁੜਨਾ, ਕਿਉਂਕਿ 2022 ਦੀਆਂ ਜਦ ਸਮੇਂ ਵਿਧਾਨ ਸਭਾ ਚੋਣਾਂ ਸੀਗੀਆਂ ਉਸ ਸਮੇਂ ਡਾਕਟਰ ਮਨੋਹਰ ਲਗਾਤਾਰ ਟਿਕਟ ਮੰਗ ਰਹੇ ਸਨ ਕਿ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਲਾ ਜਾਵੇ, ਕਿਉਂਕਿ ਉਹਨਾਂ ਦੇ ਭਰਾ ਜੋ ਉਸ ਸਮੇਂ ਦੇ ਮੁੱਖ ਮੰਤਰੀ ਸਨ ਚਰਨਜੀਤ ਸਿੰਘ ਚੰਨੀ, ਉਹਨਾਂ ਵੱਲੋਂ ਵੀ ਟਿਕਟ ਦੀ ਲਗਾਤਾਰ ਦਾਅਵੇਦਾਰੀ ਕੀਤੀ ਜਾ ਰਹੀ ਸੀ ਕਿ ਉਹਨਾਂ ਦੇ ਭਰਾ ਨੂੰ ਫਤਿਹਗੜ੍ਹ ਜੋ ਬੱਸੀ ਪਠਾਣਾ ਵਿਧਾਨ ਸਭਾ ਸੀਟ ਆ ਉੱਥੋਂ ਚੋਣ ਮੈਦਾਨ ਦੇ ਵਿੱਚ ਤਾਰਿਆ ਜਾਵੇ, ਪਰ ਹਾਈਕਮਾਂਡ ਵੱਲੋਂ ਕਿਤੇ ਨਾ ਕਿਤੇ ਉਹਨਾਂ ਦੀ ਸੀਟ ਕੱਟੀ ਗਈ ਅਤੇ ਗੁਰਪ੍ਰੀਤ ਸਿੰਘ ਜੀਪੀ ਹੋਰਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ। ਉਸ ਸਮੇਂ ਜੋ ਵਰਕਰਾਂ ਦੇ ਨਾਲ ਗੱਲਬਾਤ ਕੀਤੀ ਗਈ, ਡਾਕਟਰ ਮਨੋਹਰ ਹੋਰਾਂ ਵੱਲੋਂ ਮੀਟਿੰਗਾਂ ਕੀਤੀਆਂ ਗਈਆਂ, ਮੀਟਿੰਗਾਂ ਤੋਂ ਬਾਅਦ ਫੈਸਲਾ ਲਿਆ ਗਿਆ ਕਿ ਆਜ਼ਾਦ ਉਮੀਦਵਾਰ ਦੇ ਵਜੋਂ ਚੋਣ ਲੜਨ ਗਿਆ, ਅਤੇ ਉਸ ਤੋਂ ਬਾਅਦ ਕਹਿ ਸਕਦੇ ਕਿਤੇ ਨਾ ਕਿਤੇ ਆਜ਼ਾਦ ਉਮੀਦਵਾਰ ਦੇ ਵਜੋਂ ਉਸ ਤੋਂ ਬਾਅਦ ਕਹਿ ਸਕਦੇ ਹਾਂ ਹੁਣ ਜਿਸ ਸਮੇਂ ਗੁਰਪ੍ਰੀਤ ਸਿੰਘ ਜੀਪੀ ਹੋਰਾਂ ਨੇ ਪਾਰਟੀ ਛੱਡੀ, ਹਲਕਾ ਖਾਲੀ ਹੁੰਦਾ, ਹਲਕਾ ਖਾਲੀ ਹੋਣ ਤੋਂ ਬਾਅਦ ਡਾਕਟਰ ਅਮਰ ਸਿੰਘ ਹੋਰਾਂ ਦੀ ਗੱਲ ਹੋਵੇ, ਚਾਹੇ ਇਹ ਕਹਿ ਸਕਦੇ ਚਰਨਜੀਤ ਸਿੰਘ ਚੰਨੀ ਹੋਰਾਂ ਦੀ ਗੱਲ ਹੋਵੇ, ਦੋਵੇਂ ਆਗੂ ਡਾਕਟਰ ਮਨੋਹਰ ਹੋਰਾਂ ਦੇ ਨਾਲ ਰਾਬਤਾ ਬਣਾ ਰਹੇ ਸਨ ਕਿ ਪਾਰਟੀ ਦੇ ਵਿੱਚ ਆਓ, ਤੁਸੀਂ ਕਾਂਗਰਸ ਪਾਰਟੀ ਦੇ ਲਈ ਕੰਮ ਕਰੋ, ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜਿਹੜੇ ਕਿ ਅਹੁਦਾ ਦਿੱਤਾ ਜਾ ਸਕਦਾ ਅਤੇ ਉਮੀਦਵਾਰ ਦੇ ਵਜੋਂ ਵਿਧਾਨ ਸਭਾ ਚੋਣਾਂ ਵਾਸਤੇ ਵੀ ਜਿਹੜਾ ਤੁਹਾਨੂੰ ਤਿਆਰਬਾਰ ਕੀਤਾ ਜਾ ਸਕਦਾ। ਮੀਟਿੰਗਾਂ ਹੋਈਆਂ, ਮੀਟਿੰਗਾਂ ਤੋਂ ਬਾਅਦ ਕਿਤੇ ਨਾ ਕਿਤੇ ਕਹਿ ਸਕਦੇ ਡਾਕਟਰ ਮਨੋਹਰ ਹੋਰਾਂ ਨੇ ਫੈਸਲਾ ਲਿਆ ਅਤੇ ਇਹ ਕਹਿ ਸਕਦੇ ਕਾਂਗਰਸ ਦਾ ਪੱਲਾ ਫੜਿਆ। ਹੁਣ ਜਿੱਥੇ ਬੱਸੀ ਪਠਾਣਾ ਸੀਟ ਜੋ ਉਹ ਲੋਕ ਸਭਾ ਹਲਕਾ ਫਤਿਹਗੜ੍ਹ ਦੇ ਵਿੱਚ ਪੈਂਦੀ ਹੈ, ਉੱਥੇ ਇੱਕ ਡੈਂਟ ਦੀ ਇਹ ਜਿਹੜੀਆਂ ਕਹਿ ਸਕਦੇ ਸੋਰਸ ਦੱਸ ਰਹੇ ਸਨ ਕਿ ਇੱਕ ਡੈਂਟ ਕਾਂਗਰਸ ਨੂੰ ਵੱਡਾ ਪੈ ਸਕਦਾ, ਕਿਉਂਕਿ ਗੁਰਪ੍ਰੀਤ ਸਿੰਘ ਜੀਪੀ ਹੋਰਾਂ ਦੇ ਜਾਣ ਨਾਲ ਜਿਹੜਾ ਕਿ ਹਲਕਾ ਉਹ ਪੂਰਨ ਤਰੀਕੇ ਦੇ ਨਾਲ ਖਾਲੀ ਹੋ ਚੁੱਕਿਆ ਸੀ ਬੱਸੀ ਪਠਾਣਾ, ਤਾਂ ਉਸ ਡੈਂਟ ਨੂੰ ਭਰਨ ਦੀ ਕੋਸ਼ਿਸ਼ ਕਿਤੇ ਨਾ ਕਿਤੇ ਕਾਂਗਰਸ ਵੱਲੋਂ ਹੁਣ ਕੀਤੀ ਜਾਵੇਗੀ। ਠੀਕ ਹੈ ਕਮਲ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜਾਣਕਾਰੀ ਤੁਸੀਂ ਦਰਸ਼ਕਾਂ ਦੇ ਨਾਲ ਸਾਂਝਾ ਕੀਤੀ। ਤਾਂ ਸ੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਕਾਂਗਰਸ ਨੂੰ ਮਜ਼ਬੂਤੀ ਮਿਲੀ ਹੈ, ਸਾਬਕਾ ਸੀਐਮ ਚਰਨਜੀਤ ਚੰਨੀ ਦੇ ਭਰਾ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਨੇ। ਦੱਸ ਦਈਏ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਗੁਰਪ੍ਰੀਤ ਜੀਪੀ ਦੇ ਖਿਲਾਫ ਆਜ਼ਾਦ ਉਮੀਦਵਾਰ ਵਜੋਂ ਚੋਣ ਉਹ ਲੜ ਚੁੱਕੇ ਨੇ, ਤਾਂ ਡਾਕਟਰ ਮਨੋਹਰ ਨੇ ਕਾਂਗਰਸ ਦੇ ਨਾਲ ਹੱਥ ਮਿਲਾ ਲਿਆ।
ਤਾਂ ਸ੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਕਾਂਗਰਸ ਨੂੰ ਹੋਰ ਮਜ਼ਬੂਤੀ ਮਿਲੀ ਹੈ। ਸਾਬਕਾ ਸੀਐਮ ਚੰਨੀ ਦੇ ਭਰਾ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਨੇ। ਡਾਕਟਰ ਮਨੋਹਰ ਨੇ ਕਾਂਗਰਸ ਪਾਰਟੀ ਦੇ ਵਿੱਚ ਸ਼ਮੂਲੀਅਤ ਕਰਾਰੀ ਹੈ। ਤਾਂ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਗੁਰਪ੍ਰੀਤ ਜੀਪੀ ਦੇ ਖਿਲਾਫ ਆਜ਼ਾਦ ਉਮੀਦਵਾਰ ਵਜੋਂ ਚੋਣਾਂ ਉਹ ਲੜ ਚੁੱਕੇ ਨੇ, ਤਾਂ ਹੁਣ ਉਹਨਾਂ ਨੇ ਕਾਂਗਰਸ ਪਾਰਟੀ ਜੁਆਇਨ ਕਰ ਲਈ ਹੈ।